ਸਾਰਿਆਂ ਨੇ ਗੁਰੂ ਦੀ ਸੁਣਨੀ ਹੈ, ਮਤ ਸਮਝ ਲੈਣਾ ਕਿ ਕੋਈ ਰਾਗੀ ਜੱਥਾ ਗਾ ਰਿਹਾ ਹੈ, ਇਹ ਗੁਰੂ ਪਾਤਸ਼ਾਹ ਦੇ ਹੁਕਮ ਨੇ। ਜ਼ਬਾਨ ਭਾਵੇਂ ਕਿਸੇ ਦੀ ਜੋ ਵੀ ਨਿਕਲਦੇ ਨੇ, ਲੇਕਿਨ ਹੁਕਮ ਗੁਰੂ ਦੇ ਨੇ। ਤਾਂ ਗੁਰੂ ਪਿਆਰੇ ਹੋ, ਸਾਰੀ ਸੰਗਤ ਮਿਲ ਜੋੜ, ਜਿੰਨਾ ਜਪਾਂਗੇ ਨਾ ਸ਼ਬਦ ਨੂੰ, ਦੁੱਖ ਤਕਲੀਫਾਂ ਟੈਨਸ਼ਨ ਮੁਸ਼ਕਲ ਇਹ ਸਭ ਭੱਜ ਜਾਣਾ। ਕੀ ਜਪਣਾ ਗੁਰੂ ਪਿਆਰਿਓ? ਬਾਹਰ ਆਪਾਂ ਪ੍ਰਦਰਸ਼ਨੀ ਦੇਖ ਰਹੇ ਹਾਂ, ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟਿਆ ਜਾ ਰਿਹਾ ਹੈ, ਮੋਤੀ ਰਾਮ ਮਹਿਰਾ ਜੀ ਦੇ ਛੋਟੇ ਜਿਹੇ ਬੱਚੇ ਨੂੰ ਰਸ ਪੀੜਨ ਵਾਲੀ ਮਸ਼ੀਨ ਦੇ ਵਿੱਚ ਉਹਦੀਆਂ ਲੱਤਾਂ ਲੰਘਾਈਆਂ ਜਾ ਰਹੀਆਂ ਨੇ। ਬਾਹਰ ਆਪਾਂ ਦੇਖ ਕੇ ਆਏ ਪ੍ਰਦਰਸ਼ਨ। ਗੁਰੂ ਪਿਆਰੇ ਹੋ, ਉਹਨਾਂ ਨੂੰ ਦੁੱਖ ਤਕਲੀਫ ਕਿਉਂ ਨਹੀਂ ਸੀ ਹੋ ਰਹੀ? ਕਿਉਂਕਿ ਮੁੱਖ ਦੇ ਮੁੱਖ ਤੋਂ ਵੀ ਜਪ ਰਹੇ ਸੀ ਤੇ ਅੰਦਰੋਂ ਵੀ ਜਪ ਰਹੇ ਸੀ। ਅੰਦਰੋਂ ਕੀ ਜਪ ਰਹੇ ਸੀ? ਸਭ ਨੇ ਜਪਣਾ ਹੈ ਵਾਹਿਗੁਰੂ 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 ਵਾਹਿਗੁਰੂ। ਸੰਗਤ ਵੱਲ ਆਵਾਜ਼ ਬਹੁਤ ਘੱਟ ਆ ਰਹੀ ਹੈ, ਨਹੀਂ ਸੰਗਤ ਬੈਠੀ ਗੂੰਜਣਾ ਚਾਹੀਦਾ ਪੰਡਾਲ ਅਖਬਾਰ। ਸਾਰੀ ਸੰਗਤ ਜਰਾ ਮਿਲ ਕੇ ਵਾਹਿਗੁਰੂ 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 ਵਾਹਿਗੁਰੂ। ਤੁਹਾ ਗੁਰੂ ਪਿਆਰੇ, ਸਾਰੀ ਸੰਗਤ ਮਿਲ ਜੁੜ ਕੇ ਸਭ ਤੋਂ ਪਹਿਲਾਂ ਫਤਿਹ ਗਜਾਈਏ। ਗੱਜਣਾ ਸ਼ੇਰ ਕਿਵੇਂ ਗੱਜਦਾ? ਉੱਦਾਂ ਗੱਜੀਏ। ਗਲਗੀਧਰ ਪਾਤਸ਼ਾਹ ਨੇ ਸਾਨੂੰ ਸ਼ੇਰ ਬਣਾਇਆ, ਸ਼ੇਰ। ਤੇ ਸ਼ੇਰ ਜਦੋਂ ਗੱਜਦਾ ਨਾ, ਆ ਜਿਹੜੇ ਭਨਿਆਰੇ ਵਾਲੇ ਤੇ ਸਰਸੇ ਵਾਲੇ, ਜਿਹਨਾਂ ਨੂੰ ਆਪਾਂ ਰੋਜ਼ ਬੜਾ ਮਸ਼ਹੂਰ ਕਰੀ ਜਾਂਦੇ ਹਾਂ, ਇਹ ਫਸਲੀ ਬਟੇਰੇ ਸਭ ਭੱਜ ਲੈਣੇ। ਗੁਰੂ ਪਿਆਰੇ, ਇਹਨਾਂ ਸਟੇਜਾਂ ਤੇ ਆਪਾਂ ਗੱਲ ਕਰੀਏ ਗੁਰੂ ਦੀ, ਗੁਰਮਤ ਦੀ, ਗੁਰਮੰਤਰ ਦੀ। ਇਹਨਾਂ ਦੁਸ਼ਟਾਂ ਦੀ ਗੱਲ ਹੀ ਨਾ ਕਰਿਆ ਕਰੋ। ਇਹ ਦੁਸ਼ਟਾਂ ਦਾ ਉਹ ਹਾਲ ਹੋਣਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਸਰਹੰਦ ਦੀ ਗਲੀ ਗਲੀ ਘੜੀਸਿਆ ਸੀ, ਨੱਕ ਚ ਨਕੇਲ ਪਾ ਕੇ ਨਾ, ਇਹ ਉਦਾਂ ਇਹ ਜ਼ਿੰਦਾ ਸੜਨੇ ਨੇ ਤੇ ਗਲੀ ਗਲੀ ਘੜੀਸੇ ਜਾਣੇ ਨੇ, ਇਹਨਾਂ ਪਵਿੱਤਰ ਅਸਥਾਨਾਂ ਤੇ ਇਹਨਾਂ ਦਾ ਨਾਮ ਲੈਣਾ ਇਹਨਾਂ ਦੁਸ਼ਟਾਂ ਦਾ। ਗੁਰੂ ਪਿਆਰਿਓ, ਆਓ ਸਾਰੀ ਸੰਗਤ, ਕੋਈ ਰਸਤਾ ਵਾਂਝੀ ਨਾ ਰਹੇ ਜੀ, ਗੁਰੂ ਗੁਰੂ ਜਪੀਏ, ਗੁਰੂ ਪਾਤਸ਼ਾਹ ਕਿਰਪਾ ਕਰਨਗੇ। ਸਭ ਤੋਂ ਪਹਿਲਾਂ ਗੱਜੀਏ ਸ਼ੇਰ ਵਾਂਗੂ, ਸਾਰੀ ਸੰਗਤ ਮਿਲ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਆਓ ਗੁਰੂ ਪਿਆਰਿਓ, ਸਾਰੇ ਮਿਲ ਕੇ ਧੰਨ ਧੰਨ ਆਖੀਏ ਉਸ ਪਾਤਸ਼ਾਹ ਨੂੰ ਜਿਸ ਪਾਤਸ਼ਾਹ ਦਾ ਪੁਰਬ ਮਨਾ ਰਹੇ ਅਖਬਾਰ। ਕੋਈ ਰਸਤਾ ਵਾਂਝੀ ਨਾ ਰਹੇ ਜੀ, ਇੱਕ ਮਨ ਇੱਕ ਚਿੱਤ ਹੋ ਕੇ ਸਾਰੀ ਸੰਗਤ ਅਖਬਾਰਾਂ ਨੂੰ। ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ, ਗੁਰ ਸਤਿ ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ, ਗੁਰ ਸਤਿਗੁਰੂ ਸਭ
ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ, ਗੁਰ ਸਤਿਗੁਰੂ, ਸਭ ਧੰਨ ਕਹੋ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ, ਗੁਰ ਸਤਿਗੁਰੂ, ਸਭ ਧੰਨ ਕਹੋ ਪਾਸ 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 ਪਾਸ
ਆਪਣੇ ਅੰਦਰ ਵੀ ਤੇ ਪੂਰੀ ਦੁਨੀਆ ਦੇ ਵਿੱਚ ਵੀ। ਔਰ ਇਸ ਸ਼ਬਦ ਨੂੰ ਜਪਣ ਦਾ ਪਰਟੀਕੁਲਰ ਟਾਈਮ ਬਾਬਾ ਨਾਨਕ ਸਾਨੂੰ ਦੱਸ ਗਏ। ਤੇ ਗੁਰੂ ਪਿਆਰਿਓ, ਅੱਜ ਜਿਹੜੇ ਫਸਲੀ ਵਡੇਰੇ ਭੱਜੇ ਫਿਰਦੇ ਨੇ ਨਾ, ਇਹ ਕਾਰਨ ਕੀ ਹੈ? ਉਹ ਟਾਈਮ, ਉਹ ਪੰਕਚੁਐਲਿਟੀ ਸਾਡੇ ਹੱਥੋਂ ਨਿਕਲ ਗਈ। ਬਸ ਕੁਛ ਬੱਚਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਪਹਿਲੀ ਲਾਈਨ ਦੇ ਵਿੱਚ, ਕਿਰਪਾ ਕਰਕੇ ਆਵਾਜ਼ਾਂ ਬਿਲਕੁਲ ਬੰਦ ਕਰ ਦਿਓ। ਗੁਰੂ ਦੀ ਗੱਲ ਸੁਣਨੀ ਹੈ, ਗੁਰੂ ਨੇ ਸੁਣਾਉਣੀ ਨਹੀਂ, ਆਪਾਂ ਸੁਣਨੀ ਗੁਰੂ ਦੀ ਗੱਲ। ਕਿਸੇ ਜੱਜ ਦੇ ਆਫਿਸ 'ਚ ਜਾਈਏ ਨਾ, ਬੜੀਆਂ ਇੰਸਟਰਕਸ਼ਨ ਲਿਖੀਆਂ ਹੁੰਦੀਆਂ, ਸਿਰਫ ਸਵਿਚ ਆਫ ਯੋਰ ਮੋਬਾਈਲ, ਪਲੀਜ਼ ਸਿਟ ਪ੍ਰੋਪਰਲੀ। ਗੁਰੂ ਪਾਤਸ਼ਾਹ ਕਿੱਡੇ ਵੱਡੇ ਜੱਜ ਨੇ, ਪੂਰੀ ਦੁਨੀਆ ਦੇ ਜੱਜ ਨੇ, ਇਹਨਾਂ ਦੇ ਦਰਬਾਰ 'ਚ ਬੈਠਣ ਲੱਗੇ ਇੱਕ ਮਾਨਕ ਚਿੱਥੋ, ਇੱਥੋਂ ਬਹੁਤ ਕੁਛ ਲੈ ਕੇ ਜਾਣਾ। ਗੁਰੂ ਪਿਆਰਿਓ, ਜੋ ਮੰਗਾਂਗੇ ਉਸ ਤੋਂ ਕਿਤੇ ਵੱਧ ਮਿਲੇਗਾ, ਪਰ ਤਰੀਕਾ ਬਸ ਲੈਣ ਦਾ। ਚੌਂਕੜਾ ਮਾਰ ਕੇ, ਹੱਥ ਜੋੜ ਕੇ, ਝੋਲੀ ਅੱਡ ਕੇ ਬੈਠੇ ਅਤੇ ਗੁਰੂ ਪਿਆਰਿਓ ਜਾਣ ਲੱਗੇ, ਇੱਥੋਂ ਆਪਾਂ ਦੇਖਾਂਗੇ ਜਦੋਂ ਘਰ ਪਹੁੰਚਾਂਗੇ ਨਾ, ਉਹ ਨਿਆਮਤਾਂ ਆਪਣੀ ਝੋਲੀ ਹੋਣਗੀਆਂ ਜਿਹੜੀਆਂ ਆਪਾਂ ਕਦੇ ਜ਼ਿੰਦਗੀ 'ਚ ਸੋਚੀਆਂ ਨਹੀਂ ਵੀ ਸਾਨੂੰ ਮਿਲ ਜਾਣਗੀਆਂ। ਵਾਹਿਗੁਰੂ ਸ਼ਬਦ ਦੀ ਆਪਾਂ ਗੱਲ ਕਰ ਰਹੇ ਸੀ, ਗੁਰਮੰਤਰ ਕੀ ਬਖਸ਼ਿਸ਼ ਹੈ ਗੁਰਮੰਤਰ ਦੀ? ਯਾਦ ਕਰੀ ਉਸ ਘਟਨਾ ਨੂੰ, ਕੌਡੇ ਰਾਕਸ਼ ਵਾਲੀ, ਕੌਡਾ ਰਾਕਸ਼ ਜਿਹਦੀ ਫਿਤਰਤ ਹੈ ਜ਼ਿੰਦਾ ਇਨਸਾਨ ਪਕੜਨਾ, ਫੜ ਕੇ ਤੇਲ ਦੇ ਕੜਾਹੇ ਸੁੱਟਣਾ, ਤਲ ਕੇ ਖਾ ਜਾਣਾ। ਹੁਕਮ ਗੁਰੂ ਦਾ, ਬਾਬਾ ਮਰਦਾਨਾ ਜੀ ਆ ਗਏ ਹੱਥ ਕੌਡੇ ਰਾਕਸ਼ ਦੇ। ਹੁਣ ਕੌਡਾ ਰਾਕਸ਼
ਆਪਣੀ ਆਦਤ ਅਨੁਸਾਰ ਬਾਬਾ ਮਰਦਾਨਾ ਜੀ ਨੂੰ ਪਕੜ ਕੇ ਇੱਦਾਂ ਸਿੱਟਣ ਲੱਗਿਆ ਤੇਲ ਦੇ ਕੜਾਹੀ 'ਚ। ਅੱਗੋਂ ਬਾਬਾ ਮਰਦਾਨਾ ਜੀ ਕੋਈ ਮਦਦ ਲਈ ਨਹੀਂ ਪੁਕਾਰ ਰਹੇ, ਕੋਈ ਚੀਖ ਨਹੀਂ ਮਾਰ ਰਹੇ, ਕੋਈ ਦਰਦ ਨਹੀਂ, ਕੋਈ ਚਿੰਤਾ ਨਹੀਂ। ਸਾਹਮਣੇ ਮੌਤ ਖੜੀ ਹੈ, ਮੌਤ ਵੀ ਐਡੀ ਭਿਆਨਕ, ਜ਼ਿੰਦਾ ਇਨਸਾਨ ਖੋਲਦੇ ਹੋਏ ਤੇਲ ਦੇ ਵਿੱਚ ਸੁੱਟ ਦੇਣਾ। ਤੇ ਗੁਰੂ ਪਿਆਰਿਓ, ਬਾਬਾ ਮਰਦਾਨਾ ਜੀ ਜਪ ਰਹੇ ਨੇ, ਬਾਬਾ ਨਾਨਕ ਦਾ ਸ਼ਬਦ ਜਪ ਰਹੇ ਨੇ। ਕੀ ਜਪ ਰਹੇ ਨੇ? ਸਾਰੀ ਸੰਗਤ ਨੇ ਮਿਲ ਕੇ ਜਪਣਾ ਹੈ। ਕੀ ਜਪ ਰਹੇ ਨੇ? ਵਾਹਿਗੁਰੂ, 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 ਵਾਹਿਗੁਰੂ। ਕੌਡਾ ਰਾਖਸ਼ ਤਿਆਰੀ ਚ ਵੀ ਚੱਕ ਕੇ ਮੈਂ ਤੇਲ ਦੇ ਕੜਾਹੀ ਸਿੱਟਾਂ, ਪਰ ਜਿਉਂ ਹੀ ਇਹ ਸ਼ਬਦ ਉਹਦੇ ਕੰਨੀ ਪੈ ਰਹੇ ਨੇ, ਸਰੀਰ 'ਚ ਜਿਵੇਂ ਤਾਕਤ ਖਤਮ ਹੋ ਗਈ। ਬਾਬਾ ਮਰਦਾਨਾ ਜੀ ਨੂੰ ਸੁੱਟਣਾ ਚਾਹ ਰਿਹਾ ਕਿ ਮੈਂ ਤੇਲ ਦੇ ਕੜਾਹੀ ਸਿੱਟਾਂ, ਪਰ ਸਰੀਰ ਦੇ ਵਿੱਚ ਜਿਵੇਂ ਜਿਵੇਂ ਜਾਨ ਖਤਮ ਹੋ ਗਈ। ਜ਼ੋਰ ਲਗਾ ਰਿਹਾ, ਗੱਲ ਨਹੀਂ ਬਣ ਰਹੀ। ਬਾਬਾ ਨਾਨਕ ਆ ਗਏ। ਕੌਡਿਆ, ਭਾਈ ਕੀ ਕਰਦਾ ਹੈ? ਕੌਡਾ ਬੜਾ ਹੈਰਾਨ ਵੀ ਕੈਸੇ ਪੁਰਸ਼ ਨੇ, ਚਿਹਰੇ ਤੇ ਕਿੰਨਾ ਨੂਰ ਹੈ ਤੇ ਮੇਰਾ ਨਾਮ ਵੀ ਜਾਣਦੇ ਨੇ। ਸਵਾਲ ਫਿਰ ਆਇਆ, ਕੌਡਿਆ ਭਾਈ ਕੀ ਕਰਦਾ? ਬਾਬਾ ਜੀ ਸ਼ਿਕਾਰ ਫਸਿਆ ਤੇ ਲੱਗਿਆ ਖਾਣ ਇਹਨੂੰ ਤਲ ਕੇ। ਕਹਿੰਦੇ ਖਾਂਦਾ ਕਿਉਂ ਨਹੀਂ? ਬਾਬਾ ਜੀ ਮੁੱਖ ਤੋਂ ਪਤਾ ਨਹੀਂ ਕੀ ਬੋਲ ਰਿਹਾ ਹੈ। ਇਹ ਆਵਾਜ਼ ਸੁਣ ਕੇ ਮੇਰੇ ਸਰੀਰ 'ਚੋਂ ਤਾਂ ਤਾਕਤ ਹੀ ਖਤਮ ਹੋ ਗਈ। ਬਾਬਾ ਨਾਨਕ ਕਹਿਣ ਲੱਗੇ, ਬਈ ਜੋ ਇਹ ਬੋਲਦਾ ਹੈ ਤੇਰੀ ਤਾਕਤ ਖਤਮ ਹੋ ਗਈ, ਤੂੰ ਬੋਲਦੇ ਇਹਦੀ ਤਾਕਤ ਖਤਮ ਹੋ ਜੂ। ਬਾਬਾ ਜੀ ਗੱਲ ਤਾਂ ਠੀਕ ਹੈ। ਧਿਆਨ ਨਾਲ ਸੁਣਿਆ ਕਿ ਬਾਬਾ ਮਰਦਾਨਾ ਜੀ ਕੀ ਜਪ ਰਹੇ ਨੇ। ਕੌਡਾ ਰਾਸ਼ਕਿਆਂ ਦਾ, ਬਈ ਮੈਂ ਵੀ ਜਪ ਰਿਹਾ, ਮੈਂ ਇਹਦੀ ਤਾਕਤ ਖਤਮ ਕਰੂੰ ਤੇ ਇਹਨੂੰ ਚੱਕ ਕੇ ਤੇਲ ਦੇ ਕੜਾਹੀ ਸਿੱਟੋ, ਹੋਰ ਕਿਸੇ ਨੂੰ ਛੱਡ ਦੋ, ਇਹਨੂੰ ਤਾਂ ਜ਼ਰੂਰ ਖਾਊ ਮੈਂ। ਲਓ ਗੁਰੂ ਪਿਆਰੇ ਹੋ, ਬਾਬਾ ਮਰਦਾਨਾ ਜੀ ਪਹਿਲਾਂ ਹੀ ਜਪ ਰਹੇ ਨੇ, ਕੌਡਾ ਵੀ ਜਪਣ ਲੱਗ ਪਿਆ। ਤੇ ਬਾਬਾ ਨਾਨਕ ਦਾ ਹੈ ਉਸ ਬਾਣੀ ਦਾ ਸ਼ਬਦ ਦਾ ਰੂਪ ਹੀ ਨਹੀਂ ਤਾਂ। ਤੇ ਗੁਰੂ ਪਿਆਰੇ ਹੋ, ਕੈਸਾ ਮਾਹੌਲ ਹੈ! ਕੌਡਾ ਵੀ ਜਪ ਰਿਹਾ ਹੈ, ਬਾਬਾ ਮਰਦਾਨਾ ਜੀ ਵੀ ਜਪ ਰਹੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਸਿਮਰਨ ਦਾ ਰੂਪ ਕੈਸਾ ਮਾਹੌਲ ਬਣ ਗਿਆ। ਐਸੀਆਂ ਆਵਾਜ਼ਾਂ ਆ ਰਹੀਆਂ ਨੇ ਉੱਥੇ, ਕੈਸੀਆਂ ਜਪ ਰਹੇ ਨੇ। ਆਪਾਂ ਵੀ ਜਪੀਏ, ਸਾਰੀ ਸੰਗਤ। ਕੀ ਜਪਣਾ? ਲੱਕ ਲੱਕੇੜਾ ਆਖੀਏ, ਇਹ ਨਾਮ ਚੱਕਰੇ, ਇਹ ਨਾਮ
ਗੁਰੂ ਪਿਆਰਿਓ, ਤੁਹਾਡੇ ਰਾਖ ਦੇ ਅੰਦਰ ਹੁਣ ਤਾਕਤ ਆ ਗਈ ਜਪ ਤੇ ਹੁਣ ਬਜਾਏ ਬਾਬਾ ਮਰਦਾਨਾ ਜੀ ਨੂੰ ਤੇਲ ਦੇ ਕੜਾਹੇ ਦੇ ਵਿੱਚ ਸਿੱਟਣ ਦੇ ਅਦਬ ਨਾਲ ਇਉਂ ਬਿਠਾ ਦਿੱਤਾ ਤੇ ਗੁਰੂ ਪਿਆਰਿਓ ਹੱਥ ਇਉਂ ਜੁੜ ਗਏ। ਬਾਬਾ ਨਾਨਕ ਪੁੱਛਦੇ ਨੇ, ਕੌਡਿਆ ਭਾਈ ਸ਼ਿਕਾਰ ਖਾਣਾ ਨੀ? ਨਾ ਬਾਬਾ ਜੀ, ਨਾ 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 ਨਾ, ਇਹ ਦੁਸ਼ਟ ਕੰਮ ਤਾਂ ਮੈਂ ਹੁਣ ਤੱਕ ਬਹੁਤ ਦੇਰ ਕਰਦਾ ਆਇਆ, ਬੜੀ ਮੁਸ਼ਕਲ ਤੁਹਾਡੇ ਦਰਸ਼ਨ ਹੋਏ, ਆ ਸਵਭ ਬਣਿਆ, ਹੁਣ ਵੀ ਜੇ ਮੈਂ ਦੁਸ਼ਟ ਕੰਮ ਕਰਨੋਂ ਹਟਿਆ ਨਾ, ਮੇਰੇ ਤੋਂ ਮੰਦੇ ਪਾ ਕੇ ਸਿੱਧਣੀ, ਮੈਂ ਨਹੀਂ ਖਾਂਦਾ ਹੁਣ ਤੋਂ। ਸਭ ਤਿਆਰਿਆ ਭਾਵ ਅੰਦਰੋਂ ਰਾਕਸ਼ਸ ਵਾਲੀ ਬਿਰਤੀ ਖਤਮ ਹੋ ਗਈ, ਦੇਵਤਿਆਂ ਵਾਲੀ ਬਿਰਤੀ ਆ ਗਈ। ਕਿੱਦਾਂ ਆ ਜਪ ਕੇ? ਅਤੇ ਗੁਰੂ ਪਿਆਰਿਓ, ਆਪਾਂ ਨੂੰ ਜਪਣਾ ਕਿਹੜਾ ਔਖਾ ਲੱਗਦਾ? ਆਪਾਂ ਅਖੌਤੀ ਸਿੱਖ ਨਾਮ ਬਣੀਏ, ਗੁਰੂ ਦੇ ਲਾਡਲੇ ਸਿੱਖ ਬਣੀਏ, ਤੇ ਬਣਦਾ ਢੰਗ ਕੀ ਹੈ? ਅੰਮ੍ਰਿਤ ਵੇਲੇ ਜਾਗੀ, ਇਸ਼ਨਾਨ ਕਰੀਏ, ਪੰਜ ਬਾਣੀਆਂ ਦਾ ਨਿਤਨੇਮ ਕਰੀਏ, ਘਰ ਚ ਗੁਰੂ ਦਾ ਪ੍ਰਕਾਸ਼ ਹੈ, ਬਹੁਤ ਬਖਸ਼ਾਂ ਨਹੀਂ ਹੈ, ਕੋਈ ਚਿੰਤਾ ਵਾਲੀ ਗੱਲ ਨਹੀਂ, ਇਕਾਂਤ ਚ ਬੈਠ ਜਾਈਏ, ਇਕਾਂਤ ਚ ਬੈਠ ਕੇ ਚੌਂਕੜਾ ਲਈਏ ਮਾਰ, ਹੱਥ ਲਈਏ ਜੋਰ, ਨੇਤਰ ਕਰੀਏ ਬੰਦ ਤੇ ਜਪੀਏ ਵਾਹਿਗੁਰੂ 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 ਵਾਹਿਗੁਰੂ। ਪਿਆਰਿਓ, ਕੁਛ ਦਿਨ ਜ਼ਰੂਰ ਮਨ ਨਹੀਂ ਟੇਕੇਗਾ, ਲੇਕਿਨ ਜਦੋਂ ਮਨ ਟੇਕਣਾ ਸ਼ੁਰੂ ਹੋ ਗਿਆ ਨਾ, ਸਾਕਸ਼ਾਤ ਦਰਸ਼ਨ ਹੋਣਗੇ ਉਸ ਅਣਡਿੱਠੀ ਦੁਨੀਆਂ ਦੇ, ਜਿੱਥੇ ਅੱਜ ਵੀ ਗੁਰੂ ਕੇ ਲਾਲ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ, ਬਾਬਾ ਜੀ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਾਰ ਸਿੰਘ, ਬਾਬਾ ਫਤਿਹ ਸਿੰਘ ਅੱਜ ਵੀ ਗੁਰੂ ਦੇ ਚਰਨਾਂ 'ਚ ਬੈਠੇ ਜਪਦੇ ਨੇ ਨਾ, ਗੁਰੂ ਦਾ ਇੱਕ ਅੰਗ ਬਣ ਕੇ, ਗੁਰੂ ਦਾ ਹਿੱਸਾ ਬਣ ਕੇ ਉਸ ਦੁਨੀਆਂ ਦੇ ਦਰਸ਼ਨ ਹੋਣਗੇ, ਅਤੇ ਗੁਰੂ ਪਿਆਰਿਓ ਫਿਰ ਚੜ੍ਹਦੀ ਕਲਾ ਹੋ ਜਾਏਗੀ, ਫਿਰ ਡਰ ਨਹੀਂ ਲੱਗੇਗਾ, ਕੋਈ ਚਿੰਤਾ ਨਹੀਂ, ਫਿਰ ਬਖਸ਼ਿਸ਼ਾਂ ਹੋਣਗੀਆਂ, ਅਤੇ ਗੁਰੂ ਪਿਆਰਿਓ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਫਿਰ। ਅਤੇ ਮੰਗਣਾ ਦੁਨਿਆਵੀ ਵਸਤੂਆਂ ਪਦਾਰਥ ਨਾ ਮੰਗੀਏ, ਮੰਗਿਆ ਪਤਾ ਕੀ ਕਰੀਏ? ਹਰ ਦੇਵ ਦਾਨ ਦਿਆਲ ਪ੍ਰਭ, ਜਨ ਰਾਖੋ ਹਰ ਪ੍ਰਭ ਲਜਿਆ, ਜਨ ਰਾਖੋ ਹਰ ਪ੍ਰਭ ਲਜਿਆ।
ਤੇ ਗੁਰੂ ਪਿਆਰਿਓ ਗੁਰੂ ਪਾਤਸ਼ਾਹ ਕਿਰਪਾ ਕਰਨਗੇ, ਆਹ ਵਸਤਾ ਬਣੇਗੀ, ਫਿਰ ਕਿਹੜੀ ਸਾਰੀ ਸੰਗਤ ਮਿਲ ਕੇ ਕਾਇਮ ਕਰ ਗਈ। ਉਸ ਦਰਬਾਰ ਦੇ ਦਰਸ਼ਨ ਕਰਕੇ ਰੋਜ਼ ਇਹੀ ਕਹੇਗਾ, ਫਿਰ ਕੀ ਕਹੇਗਾ, ਗੁਰਪੁਰ ਮੇਰੀ ਰਾਖ ਲਈ, 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 ਗੁਰਪੁਰ ਗੁਰਪੁਰ ਮੇਰੀ ਰਾਖ ਲਈ,
ਜਨ ਕਮਲ ਰੱਖ ਮਨ ਮਾਹੀ ਸਿਮਰ 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 ਸੁਖ ਪਾਇਆ ਜਨ ਕਮਲ ਰੱਖ ਮਨ ਮਾਹੀ ਤਾਂ ਕਿ ਹਰਨ ਪਰਿਓ ਨਾਨਕ ਦਾ ਚੱਤ ਉੱਪਰ ਹੁਣ ਸਾਰੀ ਸੰਗਤ ਦੀ ਗਾਉਣ ਦੀ ਵਾਰੀ ਆ ਗਈ। ਅਸੀਂ ਵੀ ਗਾਉਣਾ, ਸਾਰੀ ਸੰਗਤ ਨੇ ਵੀ ਗਾਉਣਾ, ਹਰ ਉਸ ਪ੍ਰਾਣੀ ਨੇ ਗਾਉਣਾ ਹੈ ਜਿਹੜਾ ਚਾਹੁੰਦਾ ਵੀ ਗੁਰੂ ਦੀਆਂ ਬਖਸ਼ਾਂ ਦੇ ਖੁੱਲੇ ਗੱਫੇ ਮੇਰੀ ਝੋਲੀ ਪੈਣ। ਧਰੂਵ ਜਿਹਨੇ ਜਪਿਆ ਸੀ ਰਾਜ ਭਾਗ ਲੈਣ ਲਈ, ਤੇ ਪ੍ਰਹਿਲਾਦ ਜਿਹਨੇ ਜਪਿਆ ਬਿਲਕੁਲ ਬਿਨਾਂ ਕਿਸੇ ਇੱਛਾ ਤੋਂ, ਬਖਸ਼ਿਸ਼ ਦੋਨਾਂ ਤੇ ਹੋਈ। ਤੇ ਗੁਰੂ ਪਿਆਰੇ ਹੋ, ਆਓ ਜਪੀਏ। ਜਪਣ ਦਾ ਢੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸ ਰਹੇ ਨੇ। ਇੱਕ ਬੇਨਤੀ ਕਰਦੇ ਹਾਂ, ਅੱਜ ਦੁਨੀਆ ਬਹੁਤ ਇਸ ਚੱਕਰ 'ਚ ਪਈ ਹੈ ਕਿ ਕੋਈ ਮਹਾਂਪੁਰਸ਼ ਆਏਗਾ ਸਾਨੂੰ ਜਪਾਏਗਾ। ਗੁਰੂ ਪਿਆਰਿਓ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਮਹਾਂਪੁਰਸ਼ ਨਾ ਤਾਂ ਅੱਜ ਤੱਕ ਇਸ ਦੁਨੀਆ 'ਚ ਹੋਇਆ ਅਤੇ ਨਾ ਕਦੇ ਹੋਏਗਾ। ਜੋ ਗੁਰੂ ਨੇ ਤਰੀਕਾ ਦੱਸ ਦੇਣਾ ਬਸ ਉਹੀ ਠੀਕ ਹੈ। ਗੁਰੂ ਪਿਆਰਿਓ, ਗੁਰੂ ਪਾਤਸ਼ਾਹ ਦਾਤੇ ਵੀ ਨੇ, ਮਹਾਂਪੁਰਸ਼ ਵੀ ਨੇ, ਸਾਡੇ ਪਿਤਾ ਵੀ ਨੇ, ਸਾਡੇ ਮਾਤਾ ਵੀ ਨੇ, ਭੈਣ ਵੀ ਨੇ, ਭਰਾ ਵੀ ਨੇ, ਸਾਡੇ ਮਿੱਤਰ ਵੀ ਨੇ ਗੁਰੂ ਪਾਤਸ਼ਾਹ। ਕੋਈ ਗੱਲ ਆਪਾਂ ਕਿਸੇ ਰਿਸ਼ਤੇਦਾਰ ਮਾਤਾ ਪਿਤਾ ਕੋਲ ਨਹੀਂ ਕਰਦੇ, ਆਪਣੇ ਮਿੱਤਰ ਨਾਲ ਕਰ ਲੈਂਦੇ ਆ ਨਾ, ਉੱਦਾਂ ਹੀ ਗੁਰੂ ਨਾਲ ਖੁੱਲ੍ਹੀ ਗੱਲ, ਮਿੱਤਰ ਬਣਾ ਕੇ ਗੁਰੂ ਨਾਲ ਕਰਿਆ ਕਰੀਏ। ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਆਓ ਅੱਜ ਸਿੱਖੀਏ ਨਾਮ ਜਪਣ ਦਾ ਢੰਗ, ਅਤੇ ਸਾਰੀ ਸੰਗਤ ਨੇ ਜਪਣਾ ਭਾਈ ਸੰਗਤੀ ਰੂਪ 'ਚ, ਅਤੇ ਢਾਡੀ ਵਾਰਾਂ ਵਾਂਗੂ ਆਪਾਂ ਗਾਉਣਾ ਹੈ। ਅਤੇ ਕਈ ਪ੍ਰਾਣੀ ਕਹਿੰਦੇ ਹੁੰਦੇ, ਭਾਈ ਸਾਹਿਬ ਜੀ ਢਾਡੀ ਵਾਰਾਂ 'ਚ ਤਾਂ ਢੱਡ ਵੱਜਦੀ ਹੈ, ਇਹ ਢੱਡ ਕਿੱਥੋਂ ਵੱਜੇਗੀ? ਲਓ ਗੁਰੂ ਪਿਆਰਿਓ, ਗੁਰੂ ਪਾਤਸ਼ਾਹ ਕਿਰਪਾ ਕਰਨਗੇ ਤਬਲੇ ਦੇ ਵਿੱਚੋਂ ਢੱਡ ਵੱਜੇਗੀ। ਕਿਰਪਾ ਗੁਰੂ ਦੀ, ਤਬਲੇ ਦੇ ਵਿੱਚੋਂ ਢੱਡ ਦੀ ਆਵਾਜ਼ ਆਏਗੀ। ਆਓ ਸਾਰੀ ਸੰਗਤ, ਕੋਈ ਰਸਤਾ ਵਾਂਝੀ ਨਾ ਰਹੇ ਜੀ, ਇੱਕ ਮਨ ਇੱਕ ਚਿੱਤ ਹੋ ਕੇ ਸਾਰੀ ਸੰਗਤ ਜਰਾ, ਸਭ ਨੇ ਜਪਣਾ ਹੈ। ਇੱਕ ਪੰਕਤੀ ਦਾਸਾਂ ਵੱਲੋਂ, ਉਹੀ ਪੰਕਤੀ ਸਾਰੀ ਸੰਗਤ ਨੇ ਗਾਇਨ ਕਰਨੀ। ਕੋਈ ਰਸਤਾ ਵਾਂਝੀ ਨਾ ਰਹੇ ਜੀ। ਹਰ ਰਾਮ ਜਪੋ ਜੀ,
ਅੰਦਰੋਂ ਜਪਣ ਲੱਗ ਗਈ ਬਸ ਅੰਦਰੋਂ ਐਸੀ ਬਖਸ਼ਿਸ਼ ਹੋਈ ਹੈ ਨਾ ਹੁਣੇ ਸਿੰਘ ਕਹਿ ਰਹੇ ਸੀ ਨਾ ਕਿ ਜੇ ਸੰਤ ਭਿੰਡਰਾਂ ਵਾਲੇ ਜਿੰਦਾ ਹੁੰਦੇ ਆਪਣੇ ਹਰੇ ਵਾਲਾ ਨਾ ਹੁੰਦਾ ਸੱਸੇ ਵਾਲੇ ਦਾ ਹੁੰਦਾ ਗੁਰੂ ਪਿਆਰੇ ਉਹ ਘਾਟ ਸੰਤਾਂ ਦੀ ਨਹੀਂ ਘਾਟ ਸਾਡੇ ਅੰਮ੍ਰਿਤ ਵੇਲੇ ਵਿੱਚ ਹੈ ਸਾਡੀ ਲਗਨ ਦੀ ਹੈ ਮਿਹਨਤ ਦੀ ਹੈ ਬਹੁਤਾ ਲੰਬਾ ਚੌੜਾ ਕੰਮ ਨਹੀਂ ਹੈ ਅੰਮ੍ਰਿਤ ਵੇਲੇ ਜਾਗਣਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਤੇ ਗੁਰੂ ਗੁਰੂ ਜਪਣਾ ਤੇ ਗੁਰੂ ਪਿਆਰਿਓ ਜੇ ਬਖਸ਼ਿਸ਼ ਐਸੀ ਹੋ ਗਈ ਨਾ ਜਿੱਦਣ ਅੰਮ੍ਰਿਤ ਵੇਲਾ ਸੰਭਾਲਣ ਲੱਗ ਗਏ ਆਪਾਂ ਗੁਰੂ ਗੁਰੂ ਜਪਣ ਲੱਗ ਗਏ ਉਦੋਂ ਹਰ ਇੱਕ ਸਿੰਘ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਜਕਾਰਾ ਛੱਡ ਜਾਓ ਫਿਰ ਤੇ ਗੁਰੂ ਪਿਆਰਿਓ ਉਦੋਂ ਕੱਲਾ ਕੱਲਾ ਸਿੰਘ ਕੱਲੀ ਕੱਲੀ ਤਿਆਰ ਬਰ ਤਿਆਰ ਬੀਬੀ ਸਵਾ ਸਵਾ ਲੱਖ ਨੂੰ ਮੂਹਰੇ ਲਾ ਲਓ ਸਵਾ ਸਵਾ ਲੱਖ ਨੂੰ ਭੇੜ ਬੱਕਰੀਆਂ ਵਾਂਗੂ ਭਜਾ ਦੂ ਅੱਗੇ ਕਸਰ ਕਾਹਦੀ ਹੈ ਗੁਰੂ ਪਿਆਰਿਓ ਕਸਰ ਕਾਹਦੀ ਹੈ ਕਿੱਥੇ ਹੈ ਡਿਫੈਕਟ ਕਿੱਥੇ ਹੈ ਰੋਜ਼ਾਨਾ ਆਪਾਂ ਕਹਿੰਦੇ ਹਾਂ ਸਾਡੇ ਲੀਡਰ ਸਾਹਿਬਾਨ ਗਲਤ ਫੈਸਲਾ ਕਰ ਰਹੇ ਨੇ ਗੁਰੂ ਪਿਆਰਿਓ ਕਰੀ ਜਾਣ ਗੁਰੂ ਪਾਤਸ਼ਾਹ ਕਦੇ ਕੋਈ ਗਲਤ ਫੈਸਲਾ ਨਹੀਂ ਕਰਦੇ ਕਦੇ ਨਹੀਂ ਕਰਦੇ ਲੀਡਰਾਂ ਮਗਰ ਨਾ ਲੱਗੀ ਹੈ ਕਿਸੇ ਮਗਰ ਨਾ ਲੱਗੀ ਹੈ ਮਗਰ ਲੱਗੀ ਹੈ ਕਿਹਦੇ ਪਿੱਛੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿੱਛੇ ਕਿ ਕਦੇ ਕੋਈ ਫੈਸਲਾ ਨਹੀਂ ਕਰਦੇ ਗਲਤ ਫੈਸਲਾ ਨਹੀਂ ਕਰਦੇ
ਤੇ ਗੁਰੂ ਪਿਆਰਿਓ ਗੁਰੂ ਦਾ ਪਹਿਲਾ ਫੈਸਲਾ ਪਹਿਲਾ ਹੁਕਮ ਅਸੀਂ ਨਹੀਂ ਮੰਨਦੇ ਤੇ ਜਥੇਦਾਰਾਂ ਦੇ ਮਗਰ ਅਸੀਂ ਲੈ ਕੇ ਕਿਰਪਾਨਾ ਪੈ ਜਾਂਦੇ ਹਾਂ। ਗੁਰੂ ਪਿਆਰਿਓ ਜਥੇਦਾਰ ਗਲਤ ਹੋਣਗੇ, ਹੋਈ ਜਾਣ, ਉਹ ਵੀ ਇਨਸਾਨ ਨੇ, ਆਫਟਰ ਗਲਤੀ ਕਰ ਸਕਦੇ ਹੋਣਗੇ। ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦੀ ਗੱਲ ਮੰਨੀ, ਔਰ ਪਹਿਲੀ ਗੱਲ ਇਹਨਾਂ ਦੀ ਪਤਾ ਕਰੀ ਹੈ। ਪਹਿਲੀ ਗੱਲ ਗੱਜ ਕੇ ਆਖਣਾ ਹੈ, ਪਹਿਲੀ ਗੱਲ ਅੰਮ੍ਰਿਤ ਵੇਲਾ ਸੱਚ ਨਾ ਆਵਾਜ਼ ਪਿੱਛੋਂ ਬੜੀ ਘੱਟ ਆਉਂਦੀ, ਗੱਜ ਕੇ ਜਰਾ ਐਨ ਕਰ ਗੱਜ ਪੈ ਜਾਏ, ਅੰਮ੍ਰਿਤ ਵੇਲਾ ਸੱਚ ਨਾ। ਤੇ ਗੁਰੂ ਪਿਆਰਿਓ ਸਾਰੀ ਸੰਗਤ ਆਪਾਂ ਹਰ ਪ੍ਰਾਣੀ ਗੁਰੂ ਨਾਨਕ ਨਾਮ ਲੇਵਾ ਜਿੱਦਣ ਅੰਮ੍ਰਿਤ ਵੇਲਾ ਸੰਭਾਲਣ ਲੱਗ ਗਿਆ ਨਾ, ਫਿਰ ਕਿਸੇ ਜਥੇਦਾਰ ਨੇ ਗਲਤ ਫੈਸਲਾ ਨਹੀਂ ਕਰਨਾ, ਕੋਈ ਭਨਿਆਰੇ ਵਾਲਾ ਨਹੀਂ ਆਉਣਾ, ਕੋਈ ਸਰਸੇ ਵਾਲਾ ਨਹੀਂ ਆਉਣਾ, ਫਿਰ ਗੁਰੂ ਪਿਆਰਿਓ ਚੜ੍ਹਦੀ ਕਲਾ ਹੁੰਦੀ ਹੈ। ਤੇ ਚੜ੍ਹਦੀ ਕਲਾ ਦੇ ਲਈ ਸਾਰੀ ਸੰਗਤ ਇੱਕ ਵਾਰ ਫਿਰ ਬੇਨਤੀ ਕਰਦਾ, ਬਈ ਗੁੰਜਾ ਦਿਓ ਪੰਡਾਲ ਨੂੰ, ਇਸ ਨੂੰ ਦਿਖਾ ਦਿਓ ਦੁਨੀਆਂ ਨੂੰ, ਬਈ ਖਾਲਸਾ ਕੱਲ ਵੀ ਚੜ੍ਹਦੀ ਕਲਾ ਸੀ, ਅੱਜ ਵੀ ਚੜ੍ਹਦੀ ਕਲਾ ਚ ਰਹਿੰਦੀ, ਦੁਨੀਆਂ ਤੱਕ ਚੜ੍ਹਦੀ ਕਲਾ ਚ ਰਹਿਣਾ, ਬਲਕਿ ਦੁਨੀਆਂ ਹੀ ਉਦੋਂ ਤੱਕ ਹੈ ਜਦੋਂ ਤੱਕ ਖਾਲਸਾ ਹੈ, ਮੁੱਕ ਜਾਣੀ ਉਦੋਂ ਦੁਨੀਆਂ, ਜੇ ਆਪਾਂ ਕਹੀਏ ਨਾ ਖਾਲਸਾ ਨਹੀਂ ਰਹਿਣਾ ਫਿਰ ਦੁਨੀਆਂ ਵੀ ਨਹੀਂ ਰਹਿਣੀ, ਖਾਲਸਾ ਕਦੋਂ ਤੱਕ ਹੈ ਅਟਲ ਚੁਗਾ ਜਗੰਤਰ ਤੱਕ ਹੈ। ਗੁਰੂ ਪਿਆਰਿਓ ਤੇ ਆਓ ਸਾਰੀ ਸੰਗਤ ਰਹਿ ਇੱਕ ਵਾਰ ਐਸੀਆਂ ਗੂੰਜਾਂ ਪੈਣ, ਐਸੀਆਂ ਗੂੰਜਾਂ, ਇਹ ਦੁਸ਼ਟ ਜਿਹੜੇ ਗੁਰਬਾਣੀ ਦੀ ਨਿੰਦਾ ਚੁਗਲੀ ਕਰਦੇ ਨੇ ਨਾ ਆਪਣੀਆਂ ਖੋਡਾਂ 'ਚ ਵਾਪਸ ਵੜ ਜਾਣੇ ਡਰ ਕੇ, ਵੀ ਖਾਲਸਾ ਤਾਂ ਭਾਈ ਚੜ੍ਹਦੀ ਕਲਾ 'ਚ ਹੈ, ਇਕੱਲਾ ਇਕੱਲਾ ਬੱਚਾ, ਇਕੱਲਾ ਇਕੱਲਾ ਸਿੰਘ, ਇਕੱਲੀ ਇਕੱਲੀ ਬੀਬੀ, ਇੱਥੇ ਤਾਂ ਬਾਈ ਚੜ੍ਹਦੀ ਕਲਾ 'ਚ ਹੈ, ਸਿਮਰਨ ਦੀਆਂ ਗੂੰਜਾਂ ਪਾ ਰਹੇ ਨੇ, ਆਓ ਗੁੰਜਾਓ ਸਾਰੀ ਸੰਗਤ ਇਸੇ ਸ਼ਬਦ ਨੂੰ ਸਾਰੇ ਮਿਲ ਕੇ, ਕੋਈ ਰਸਤਾ ਵਾਂਝੀ ਨਾ ਰਹੇ ਜੀ, ਇੱਕ ਮਨ ਇੱਕ ਜਿੱਤ ਹੋ ਕੇ, ਹਰ ਰਾਮ ਜਪੋ ਜੀ ਐਸੇ ਸੰਗਤ ਨੇ ਜਪਣਾ ਸਾਰੇ ਮਿਲ ਕੇ, ਹੋ ਦੀਨ ਦਿਆਲ ਪਰੋਸੈ ਤੇਰੇ, ਦੀਨ ਦਿਆਲ ਪਰੋਸੈ ਤੇਰੇ, ਦੀਨ ਦਿਆਲ ਪਰੋਸੈ ਤੇਰੇ, ਦੀਨ ਦਿਆਲ ਪਰੋਸੈ
ਜਿਸ ਦਿਨ ਇਹ ਦ੍ਰਿੜਤਾ ਸਾਡੇ ਅੰਦਰ ਆ ਗਈ ਬਸ ਆਪਾਂ ਬਾਜੀ ਜਿੱਤ ਕੇ ਲੈ ਗਏ। ਇੰਨੀ ਕੁ ਗੱਲ ਹੈ, ਜਿੰਨੇ ਮਰਜ਼ੀ ਚੱਕਰਾਂ 'ਚ ਪਏ ਰਹੇ, ਕੋਈ ਕਹਿੰਦਾ ਸਾਡੇ ਮਹਾਂਪੁਰਸ਼ ਸਿਰ 'ਤੇ ਹੱਥ ਰੱਖਦੇ ਆ ਪ੍ਰਾਣੀ ਦਸਮ ਦੁਆਰ ਪਹੁੰਚ ਜਾਂਦਾ, ਕੋਈ ਕਹਿੰਦਾ ਸਾਡੇ ਮਹਾਂਪੁਰਸ਼ ਸਵਾਦ ਹੀ ਪੂਰੇ ਦਿੰਦੇ ਆ ਪ੍ਰਾਣੀ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਨੇ। ਗੁਰੂ ਪਿਆਰਿਓ, ਇਹ ਸਭ ਗੱਲਾਂ ਗਲਤ ਨੇ। ਜੇ ਇੱਦਾਂ ਦਰਸ਼ਨ ਹੋਣ ਲੱਗ ਜਾਂਦੇ ਤਾਂ ਬਾਬਾ ਨਾਨਕ ਨੂੰ ਬਾਣੀ ਦਾ ਤਰੀਕਾ ਸਾਡੇ ਲਈ ਦੱਸਣ ਦੀ ਕੀ ਜ਼ਰੂਰਤ ਸੀ। ਤਾਂ ਗੁਰੂ ਪਿਆਰਿਓ, ਗੁਰੂ ਪਾਤਸ਼ਾਹ ਕਿਰਪਾ ਕਰ, ਸਮਾਂ 5-7 ਮਿੰਟ ਆਪਣੇ ਕੋਲ ਹੋਰ ਬਾਕੀ ਹੈ। ਜਿੱਦਾਂ ਆਪਾਂ ਜਪਣ ਦਾ ਤਰੀਕਾ ਸਿੱਖਿਆ ਨਾ, ਅਤੇ ਬਹੁਤ ਸਾਰੇ ਪ੍ਰਬੰਧਕ ਪਿੰਡਾਂ ਦੇ ਵਿੱਚ ਅਕਸਰ ਕਹਿੰਦੇ ਆ ਭਾਈ ਸਾਹਿਬ ਜੀ ਨਸ਼ੇ ਬਾਰੇ ਜ਼ਰੂਰ ਕਹਿਣਾ। ਲਓ ਗੁਰੂ ਪਿਆਰਿਓ, ਪ੍ਰਚਾਰਕ ਆਉਂਦੇ ਆ, ਕੀਰਤਨੀਆ ਸਿੰਘ ਆਉਂਦੇ ਆ, ਕਹਿੰਦੇ ਵੀ ਨਸ਼ਾ ਨਾ ਕਰੋ। ਅਸੀਂ ਇੱਥੇ ਕਹਿੰਦੇ ਆਪਾਂ ਦੱਬ ਕੇ ਨਸ਼ਾ ਕਰਨਾ, ਦੱਬ ਜਿੰਨਾ ਅੱਗੇ ਕਰਦੇ ਆ ਨਾ ਉਸ ਤੋਂ 4 ਗੁਣਾ ਕਰਨਾ, ਪਰ ਨਸ਼ਾ ਕਰਨ ਦਾ ਢੰਗ ਬਦਲ ਲੈਣਾ ਬਸ ਥੋੜ੍ਹਾ ਜਿਹਾ। ਕਿਹੜਾ ਨਸ਼ਾ ਕਰਨਾ ਹੈ? ਬਾਬਾ ਨਾਨਕ ਇੱਕ ਖਾਸ ਕਿਸਮ ਦਾ ਨਸ਼ਾ ਤਿਆਰ ਕਰਨ ਦੀ ਸਾਨੂੰ ਵਿਧੀ ਦੱਸਦਾ। ਕੈਸਾ ਨਸ਼ਾ? ਉਹ ਨਸ਼ਾ ਤਿਆਰ ਕਰਨ ਦੇ ਲਈ ਭਾਂਡਾ ਕਿੱਦਾਂ ਦਾ ਹੋਵੇ, ਰਸ ਕਿੱਦਾਂ ਦਾ ਪਾਇਆ ਹੋਵੇ, ਗੁੜ ਕਿੱਦਾਂ ਦਾ ਹੋਵੇ, ਅੱਗ ਥੱਲੇ ਕੈਸੀ ਪਾਲੀ ਹੋਵੇ, ਉਹਨੂੰ ਪੀਣ ਵਾਲਾ ਪੈਮਾਨਾ ਗਲਾਸ ਕਿੱਦਾਂ ਦਾ ਹੋਵੇ। ਅਤੇ ਗੁਰੂ ਪਿਆਰਿਓ, ਉਹ ਨਸ਼ਾ ਛੱਕ ਕੇ ਪ੍ਰਾਣੀ ਦੀ ਅਵਸਥਾ ਕਿਹੋ ਜਿਹੀ ਹੋਵੇ। ਪ੍ਰਬੰਧਕ ਵੀ ਥੋੜ੍ਹਾ ਧਿਆਨ ਦੇਣਾ, ਇੱਧਰਲੇ ਪਾਸੇ ਨਾਲ ਬਹੁਤ ਡਿਸਟਰਬੈਂਸ ਹੋ ਰਹੀ ਹੈ। ਆ ਜਿਹੜੇ ਡਿਊਟੀ 'ਤੇ ਕਰੇ ਵੀਰ ਨੇ, ਜਰਾ ਕਿਰਪਾ ਕਰਕੇ ਇੱਧਰੋਂ ਬੋਲਣ ਨਾ ਦਿਓ ਕਿਸੇ ਨੂੰ। ਮੈਂ ਪ੍ਰਬੰਧਕ ਵੀਰਾਂ ਦੇ ਚਰਨਾਂ 'ਚ ਹੱਥ ਜੋੜ ਮਾਫ਼ੀ ਮੰਗਦਾ ਵੀ ਵਾਰ ਵਾਰ ਬੇਨਤੀ ਕਰਨੀ ਪੈਂਦੀ ਹੈ। ਦੇਖੋ, ਦੋ ਤਰੀਕੇ ਨੇ ਗੁਰੂ ਦਾ ਜਸ ਕਰਨ ਦੇ। ਇੱਕ ਤਾਂ ਅਸੀਂ ਜੋ ਆਉਂਦਾ ਬਸ ਦੋ ਸ਼ਬਦ ਜਿਹੜੇ ਆਉਂਦੇ ਆ ਗਾ ਕੇ ਆਪਣਾ ਲਿਫਾਫਾ ਜੇਬ 'ਚ ਪਾਈਏ, ਆਉ ਜਾਈਏ ਅਤੇ ਆਉ ਜਾਈਏ। ਦੂਜਾ ਤਰੀਕਾ ਜੋ ਗੁਰੂ ਮਰਿਆਦਾ ਹੈ, ਗੁਰੂ ਦਾ ਸਤਿਕਾਰ ਕਰਦੇ ਨੇ, ਅਤੇ ਜੇ ਸਤਿਕਾਰ ਕਰਕੇ ਗਾਵਾਂਗੇ ਗੁਰੂ ਪਿਆਰਿਓ, ਰਹਿੰਦੇ ਸਵਾਸਾਂ ਤੱਕ ਗਾਵਾਂਗੇ, ਕੀਰਤਨ ਕਰਦੇ ਜਾਵਾਂਗੇ। ਅਤੇ ਜੇ ਬਸ ਡਿਊਟੀ ਐਵੇਂ ਬਸ ਚਾਲੂ ਜਿਹਾ ਕੰਮ ਬਸ ਚੱਲ ਪਓ ਇੱਥੋਂ ਕਰਕੇ ਬਸ, ਅਤੇ ਗੁਰੂ ਪਿਆਰਿਓ ਫਿਰ ਅੱਜ ਹੈਗੇ ਹਾਂ ਅਤੇ ਕੱਲ੍ਹ ਹੈਗੇ ਫਿਰ ਬਸ। ਅਤੇ ਗੁਰੂ ਪਿਆਰਿਓ, ਗੁਰੂ ਪਾਤਸ਼ਾਹ ਕਿਰਪਾ ਕਰਨ। ਲਓ ਬਾਬੇ ਨਾਨਕ ਵਾਲਾ ਨਸ਼ਾ,
ਜਿਹੜੇ ਨਸ਼ਾ ਕਰਨ ਵਾਲੇ ਆ ਨਾ ਉਹਨਾਂ ਲਈ ਖੁਸ਼ਖਬਰੀ, ਖੁੱਲ੍ਹਾ ਨਸ਼ਾ ਕਰੋ ਭਾਈ ਅਤੇ ਕਿੱਦਾਂ ਦਾ ਲਓ। ਬਾਬਾ ਗੁਰੂ ਪਾਤਸ਼ਾਹ ਆਪ ਦੱਸਣ ਲੱਗੇ ਨੇ ਵੀ ਨਸ਼ਾ ਕਰੋ ਕਿੱਦਾਂ ਦਾ, ਅਤੇ ਗੁਰੂ ਪਿਆਰਿਓ ਇਸ ਨਸ਼ੇ ਨੂੰ ਕਰਕੇ ਫਿਰ ਅਵਸਥਾ ਪਤਾ ਕਿਹੜੀ ਬਣਦੀ ਹੈ। ਧੰਨ ਧੰਨ ਬਾਬਾ ਦੀਪ ਸਿੰਘ ਵਾਲੀ, ਫਿਰ ਇੱਕ ਹੱਥ 'ਚ ਆਪਣਾ ਕੱਟਿਆ ਹੋਇਆ ਸੀਸ, ਦੂਜੇ ਹੱਥ 'ਚ ਖੰਡਾ, ਅਤੇ ਗੁਰੂ ਪਿਆਰਿਓ ਦੁਸ਼ਮਣ ਨਾਲ ਫਿਰ ਵੀ ਲੜਦੇ ਨੇ। ਤੇ ਗੁਰੂ ਪਿਆਰਿਓ ਸਾਰੀ ਸੰਗਤ ਮਿਲ ਕੇ ਨਸ਼ਾ ਤਿਆਰ ਹੋ ਜਾਓ ਕਰਨ ਦੇ ਲਈ, ਇੱਥੇ ਹੀ ਆਪਾਂ ਨਸ਼ਾ ਤਿਆਰ ਕਰਨਾ ਤੇ ਇੱਥੇ ਹੀ ਛਕਣਾ ਸਭ ਨੇ। ਕੋਈ ਰਸਨਾ ਵਾਂਝੀ ਨਾ ਰਹੇ ਜੀ, ਸਾਰੀ ਸੰਗਤ ਮਿਲ ਕੇ ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਨਾਮ ਰਸ ਪੀਵੈ। ਕੈਸੀ ਅਵਸਥਾ ਹੁੰਦੀ ਫਿਰ, ਸਹਿਜ ਰੰਗ ਰਚ ਰਹਿਆ ਸਹਿਜ ਰੰਗ ਰਚ ਰਹਿਆ ਅਹਿਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਤ ਕਹਿਆ ਸ਼ਬਦ ਅਨਾਹਤ ਕਹਿਆ ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਨਾਮ ਰਸ ਪੀਵੈ। ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਨਾਮ ਰਸ ਪੀਵੈ। ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਨਾਮ ਰਸ ਪੀ ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਨਾਮ ਰਸ ਪੀਵੈ। ਉਹ ਸਹਿਜ ਰੰਗ ਰਚ ਰਹਿ ਸਹਿਜ ਰੰਗ ਰਚ ਰਹਿ ਸਹਿਜ ਰੰਗ ਰਚ ਰਹਿਆ ਸਹਿਜ ਰੰਗ ਰਚ ਰਹਿਆ ਸਹਿਜ ਰੰਗ ਵਾਹਿਗੁਰੂ ਸਹਿਜ ਰੰਗ ਵਾਹਿਗੁਰੂ ਸਹਿਜ ਰੰਗ ਵਾਹਿਗੁਰੂ ਸਹਿਜ ਰੰਗ ਵਾਹਿਗੁਰੂ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਤ ਗਾਇਆ। ਤੇ ਗੁਰੂ ਪਿਆਰਿਓ ਐਸੀ ਪ੍ਰੇਮ ਦੀ ਲਿਵ ਲੱਗਦੀ ਹੈ ਨਾ ਫਿਰ ਫਿਰ ਬਾਬਾ ਅਜੀਤ ਸਿੰਘ ਜੀ ਆਪਣੇ ਗੁਰੂ ਪਿਤਾ ਨੂੰ ਕਹਿੰਦੇ ਨੇ, ਗੁਰੂ ਜੀ ਕਿਰਪਾ ਕਰੋ ਹੁਣ ਜਿਹੜਾ ਥਾਪੜਾ ਦੇ ਦਿਓ ਮੈਨੂੰ, ਆਹ 10 ਲੱਖ ਜਿਹੜੇ ਨਜ਼ਰ ਆਉਂਦੇ ਹਨ ਆਪਣਾ ਥਾਪੜਾ ਦਿਓ, ਆਹ ਚੰਗੇ ਮੈਦਾਨ 'ਚ ਮੈਨੂੰ ਜਿਹੜਾ ਜਾਣ ਦਿਓ, ਇਹ ਲੱਭਣਾ ਇੱਕ ਨਹੀਂ ਇਹਨਾਂ 'ਚੋਂ। ਅਤੇ ਗੁਰੂ ਪਿਆਰਿਓ ਧੰਨ ਧੰਨ ਬਾਬਾ ਅਜੀਤ ਸਿੰਘ ਜੀ 10 ਤੇ 10 ਲੱਖ ਨੂੰ ਅੱਗੇ ਅੱਗੇ ਲਾ ਲੈਂਦੇ ਸਾਰਿਆਂ ਨੇ। ਗੁਰੂ ਪਿਆਰਿਓ ਜਿੱਥੇ ਆਪਾਂ ਜਕਾਰੇ ਛੱਡਦੇ ਹਾਂ ਅੱਜ ਨਾਲ ਪ੍ਰਣ ਵੀ ਕਰ ਲਿਆ, ਜਕਾਰੇ ਆਪਾਂ ਬੜੇ ਛੱਡ ਲਏ
ਅੱਜ ਪ੍ਰਣ ਵੀ ਕਰ ਲਈ ਹੁਣ ਪ੍ਰੈਕਟੀਕਲੀ ਆਈ ਇੱਕ ਪ੍ਰੈਕਟੀਕਲ ਤਰੀਕਾ ਦਾਸ ਜਿੰਨੀ ਕੁ ਮਤ ਹੈ ਆਪ ਜੀ ਨਾਲ ਸਾਂਝਾ ਕਰਨ ਲੱਗਿਆ ਕਿਉਂਕਿ ਜਿੰਨੀ ਵਾਰੀ ਜਿੱਥੇ ਵੀ ਅਸੀਂ ਇਹ ਦੀਵਾਨ ਦੇ ਵਿੱਚ ਬੇਨਤੀ ਕਰੀਏ ਕੀਤੀ ਹੈ ਕਾਮਯਾਬ ਹੋਈ ਹੈ ਕੀ ਹੈ ਉਹ ਮਹੀਨਾ ਸਵਾ ਮਹੀਨਾ ਇੱਕ ਪ੍ਰੈਕਟੀਕਲ ਕਰਨਾ ਅੰਮ੍ਰਿਤ ਵੇਲੇ ਜਾਗਣਾ ਹੁਣ ਕਈ ਪੁਰਾਣੇ ਪੁੱਛਦੇ ਅੰਮ੍ਰਿਤ ਵੇਲਾ ਕਿੰਨੇ ਵਜੇ ਜੀ ਪਿਆਰੇ ਹੋ 2 ਵਜੇ ਜਾਗ ਗਈ ਤੇ ਇਹਦਾ ਵੀ ਤਰੀਕਾ ਹੈ ਬਹੁਤ ਸਾਰੇ ਪੁਰਾਣੇ ਕਹਿੰਦੇ ਜੀ ਅਸੀਂ ਤਾਂ 6-7 ਵਜੇ ਜਾਗਦੇ ਹਾਂ ਹੁਣ 2 ਵਜੇ ਕਿਵੇਂ ਜਾਗਣ ਲੱਗ ਪਈ ਪਿੱਛੇ ਸਾਡਾ ਚੰਡੀਗੜ੍ਹ ਪ੍ਰੋਗਰਾਮ ਸੀ ਅਤੇ ਉੱਥੇ ਕਿਸੇ ਪਰਿਵਾਰ ਦੇ ਘਰ ਅਸੀਂ ਚਾਹ ਪਾਣੀ ਛੱਕ ਰਹੇ ਅਤੇ ਭੈਣਾਂ ਆਈਆਂ 5-7-10 ਭਾਈ ਸਾਹਿਬ ਜੀ ਬੜੀ ਚਿੰਤਾ ਮੁਸ਼ਕਲ ਹੋ ਗਈ ਬੜੀ ਮੈਂ ਕਿਹਾ ਜੀ ਕੀ ਹੋ ਗਿਆ ਧੀਆਂ ਨੋਹਾਂ ਮੁੰਡੇ ਬੱਚੇ ਕਹਿਣਾ ਨਹੀਂ ਮੈਂ ਕਿਹਾ ਭੈਣ ਜੀ ਕਿੰਨੇ ਵਜੇ ਜਾਗਦੇ ਹੋ ਕਹਿੰਦੇ ਭਾਈ ਸਾਹਿਬ ਜੀ ਮੈਂ ਕੀ ਪੁੱਛ ਰਹੀ ਹਾਂ ਤੁਸੀਂ ਕੀ ਪੁੱਛ ਰਹੇ ਹੋ ਮੈਂ ਕਿਹਾ ਜੀ ਬਿਲਕੁਲ ਜੋ ਤੁਸੀਂ ਪੁੱਛ ਰਹੇ ਹੋ ਉਹਦਾ ਜਵਾਬ ਹੀ ਦੱਸ ਰਿਹਾ ਤੁਹਾਨੂੰ ਮੈਂ ਕਿਹਾ ਜੀ ਕਿੰਨੇ ਵਜੇ ਜਾਗਦੇ ਹੋ ਭਾਈ ਸਾਹਿਬ ਜੀ 8 ਵੱਜ ਜਾਂਦੇ ਆ ਮੈਂ ਕਿਹਾ ਜੀ ਤੁਸੀਂ ਆਪਣੇ ਪਿਤਾ ਦਾ ਹੁਕਮ ਮੰਨਦੇ ਹੋ ਤੁਹਾਡੇ ਪਿਤਾ ਦਾ ਹੁਕਮ ਹੈ ਅੰਮ੍ਰਿਤ ਵੇਲਾ ਸੱਚ ਨਾਮ ਮੈਂ ਕਿਹਾ ਤੁਸੀਂ ਨਹੀਂ ਮੰਨਦੇ ਆਪਣੇ ਪਿਤਾ ਦਾ ਹੁਕਮ ਤੁਹਾਡੇ ਬੱਚੇ ਤੁਹਾਡੀ ਗੱਲ ਨਹੀਂ ਮੰਨਦੇ ਕਹਿੰਦੇ ਜੀ ਅੰਮ੍ਰਿਤ ਵੇਲੇ ਜਾਗਣ ਲੱਗ ਜਾਂਗੇ ਬੱਚੇ ਕਹਿਣਾ ਮੰਨਣਗੇ ਮੈਂ ਕਿਹਾ ਬਿਲਕੁਲ ਮੰਨਣਗੇ ਕਹਿੰਦੇ ਜੀ ਕਿਵੇਂ ਮੈਂ ਕਿਹਾ ਤੁਸੀਂ ਜਾ ਕੇ ਤਜਰਬਾ ਕਰਕੇ ਦੇਖੋ ਮਹੀਨਾ ਸਵਾ ਮਹੀਨਾ ਡੇਢ ਮਹੀਨੇ ਦਾ ਤੇ ਤਜਰਬਾ ਕਰੋ ਤੁਸੀਂ ਅੰਮ੍ਰਿਤ ਵੇਲੇ ਜਾਗੋ ਹੁਣ ਜਾਗਣ ਦਾ ਤੁਹਾਨੂੰ ਮੈਂ ਦੱਸਣ ਲੱਗਾ ਸੀ ਜੇ 7-8 ਵਜੇ ਉੱਠਦੇ ਹੋ ਕੋਈ ਚਿੰਤਾ ਵਾਲੀ ਗੱਲ ਅਰਦਾਸ ਕਰਕੇ 1.5 ਘੰਟਾ ਪਹਿਲਾਂ ਉੱਠ ਚੁੱਕੇ 7 ਵਜੇ ਉੱਠਣ ਵਾਲਾ ਪ੍ਰਾਣੀ 6:30 ਉੱਠਣ ਲੱਗ ਗਿਆ ਉਸ 1.5 ਘੰਟੇ ਦੇ ਦੌਰਾਨ ਜਪਜੀ ਸਾਹਿਬ ਦਾ ਪਾਠ ਕਰਨਾ ਜੇ ਹੋਰ ਬਾਣੀ ਦਾ ਪਾਠ ਹੋ ਸਕੇ ਕਰ ਲੈਣਾ ਹਫ਼ਤਾ 10 ਦਿਨ 1.5 ਘੰਟਾ ਖਤਮ ਨਹੀਂ ਹੋਣ ਦੇਣਾ ਜਾਣ ਨਹੀਂ ਦੇਣਾ ਅਗਲੇ 1.5 ਘੰਟੇ ਲਈ ਫਿਰ ਅਰਦਾਸ ਕਰਕੇ 6 ਵਜੇ ਜਾਗਣ ਲੱਗ ਪੈਣਾ 5 ਵਜੇ ਜਾਗਣ ਲੱਗ ਪੈਣਾ ਗੁਰੂ ਦੇ ਰਸਤੇ ਚੱਲੋ ਗੁਰੂ ਪਾਤਸ਼ਾਹ ਆਪੇ ਤਰੱਕੀਆਂ ਦਿੰਦੇ ਨੇ ਇੱਕ ਦਿਨ ਐਸਾ ਆਏਗਾ 2 ਵਜੇ ਜਾਗਣ ਜਦੋਂ ਪ੍ਰਾਣੀ ਨੂੰ ਆਦਤ ਪੈ ਜਾਂਦੀ 2 ਵਜੇ ਦੀ ਫਿਰ ਰਾਤ ਨੂੰ ਪ੍ਰਾਣੀ ਕਹਿੰਦਾ ਰਾਤ ਲੰਘ ਜਾ ਹੁਣ ਤੂੰ ਮੇਰੇ ਉੱਤੇ ਕਿੱਥੇ ਬੈਠੀ ਹੈ ਮੈਨੂੰ ਅੰਮ੍ਰਿਤ ਵੇਲੇ ਜਾਣ ਦੇ ਜਾ ਕੇ ਇਸ਼ਨਾਨ ਕਰਕੇ ਮੈਂ ਗੁਰੂ ਗੁਰੂ ਜਪਣਾ ਦਰਸ਼ਨ ਕਰਨਾ ਉਸ ਦੁਨੀਆਂ ਦੇ ਜਿੱਥੇ ਮੇਰੇ ਵੀਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹ ਜਪਦੇ ਨੇ ਮੈਂ ਉਹ ਦੁਨੀਆਂ ਦੇਖਣੀ ਹੈ ਅਤੇ ਗੁਰੂ ਪਿਆਰੇ ਉਹ ਲਿੰਕ ਬਣਦਾ ਉਸ ਦੁਨੀਆਂ ਨਾਲ ਜਦੋਂ ਆਪਾਂ ਲਿੰਕ ਬਣ ਜਾਏਗਾ ਗੁਰੂ ਪਿਆਰੇ ਜਦੋਂ ਲਿੰਕ ਬਣ ਜਾਏਗਾ ਨਾ ਉੱਥੋਂ ਬਖਸ਼ਿਸ਼ਾਂ ਆਉਂਦੀਆਂ ਨੇ ਫਿਰ ਸਾਡੇ ਘਰਾਂ ਦੇ ਵਿੱਚ ਅਤੇ ਘਰ ਦੇ ਵਿੱਚ ਸਾਰੇ ਜਿਹੜੇ ਕੰਮ ਨੇ ਆਪਣੇ ਆਪ ਸਵਰਦੇ ਜਾਂਦੇ ਨੇ ਅੱਜ ਸਾਡੇ ਘਰਾਂ 'ਚ ਕੀ ਚੱਲਦਾ ਆਪਾਂ ਦੇਖਦੇ ਹਾਂ ਸਾਰਾ ਦਿਨ ਆ ਗੰਦੇ ਮੰਦੇ ਗਾਣੇ ਗੁਰੂ ਪਿਆਰੇ ਬਿਲਕੁਲ ਚੱਲਦੇ ਨੇ ਆਪਾਂ ਆਪਣੇ ਆਪ ਨੂੰ ਦੇਖ ਲਈਏ ਅਤੇ ਘਰਾਂ ਦਾ ਮਾਹੌਲ ਵੈਸਾ ਹੀ ਬਣਿਆ ਹੋਇਆ ਗੁਰੂ ਪਿਆਰਿਓ ਅੰਮ੍ਰਿਤ ਵੇਲਾ ਘਰਾਂ 'ਚ ਲੈ ਕੇ ਆਈਏ ਅਤੇ ਬਖਸ਼ਿਸ਼ ਹੋਏਗੀ ਗੁਰੂ ਪਿਆਰੇ ਬਹੁਤ ਬਖਸ਼ਿਸ਼ ਹੋਏਗੀ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਅਤੇ ਆਓ ਗੁਰੂ ਪਿਆਰਿਓ ਸਮੇਂ ਦੀ ਸਮਾਪਤੀ ਹੈ ਅਤੇ 5 ਜਕਾਰੇ ਦੀਆਂ ਗੂੰਜਾਂ ਵਜਾਉਣੀਆਂ ਹੈ ਆਓ ਜਰਾ ਸਾਰੀ ਸੰਗਤ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ ਗੁਰੂ ਤੋਂ ਮੰਗਣਾ ਕੀ ਹੈ ਮਿਲ ਕੇ ਸਾਰੀ ਸੰਗਤ ਢਾਡੀ ਦਰ ਤਾਂ ਮੰਗਣਾ ਦਰ ਕਦੇ ਨਾ ਛੋੜੇ ਪ੍ਰੀਤ ਲੱਗੀ ਹਰਨਾਮ ਸਿਓ ਹਸਤੀ ਕੋੜੇ 2 ਮਿੰਟ ਦਾ ਸ਼ਬਦ ਫਿਰ 5 ਜਕਾਰੇ ਦੀਆਂ ਗੂੰਜਾਂ ਅਤੇ ਫਿਰ ਸਮਾਪਤੀ ਕੋਈ ਰਸਨਾ ਵਾਂਝੀ ਨਾ ਰਹੇ ਜੀ ਆਓ ਸਾਰੀ ਸੰਗਤ
ਢਾਡੀ ਦਾ ਮੰਗਣਾ ਦਰ ਕਦੇ ਨਾ ਛੋੜੇ, ਢਾਡੀ ਦਾ ਮੰਗਣਾ ਦਰ ਕਦੇ ਨਾ ਛੋੜੇ, ਢਾਡੀ ਦਾ ਮੰਗਣਾ ਦਰ ਕਦੇ ਨਾ ਛੋੜੇ, ਢਾਡੀ ਦਾ ਮੰਗਣਾ ਦਰ ਕਦੇ ਨਾ ਛੋੜੇ। ਰਾਜ ਮਿਲੇ ਖੁਸ਼ੀਆਂ ਕੜੀ ਜੈ ਮੁਖ ਨਾ ਮੋੜੇ, ਮਨਤਾ ਗੋਬਿੰਦ ਸੰਗ ਸਤ ਭੋਜਨ ਜੋੜੇ, ਮਨਤਾ ਗੋਬਿੰਦ ਸੰਗ ਸਤ ਭੋਜਨ ਜੋੜੇ, ਨਾਨਕ ਮੰਤਨ ਚਾਹੋ ਪ੍ਰਭ ਕੋ ਲੋੜੇ, ਨਾਨਕ ਮੰਤਨ ਚਾਹੋ ਪ੍ਰਭ ਕੋ ਲੋੜੇ। ਸਮੇਂ ਦੀ ਸਮਾਪਤੀ ਪੰਜ ਅਕਾਰਾਂ ਦੀਆਂ ਗੂੰਜਾਂ ਤੇ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦੀ ਛਬਦ ਲਵਾਉਣੀ ਆਪਾਂ ਨੇ ਸਾਰੀ ਸੰਗਤ ਨੇ, ਫਿਰ ਸਮਾਪਤੀ ਹੈਗੀ। ਤੇ ਗੁਰੂ ਪਿਆਰਿਓ, ਆਪਣੇ ਘਰਾਂ ਦੇ ਵਿੱਚ ਅੰਮ੍ਰਿਤ ਵੇਲਾ ਸੰਭਾਲ ਕੇ ਵੇਖੀਏ, ਸਾਡੇ ਛੋਟੇ ਛੋਟੇ ਬੱਚੇ ਜਿਹੜੇ ਉਹਨਾਂ 'ਤੇ ਕਿਵੇਂ ਫਰਕ ਪਏਗਾ, ਕਿਵੇਂ ਰੰਗਤ ਚੜ੍ਹੇਗੀ ਗੁਰੂ ਦੀ। ਗੁਰੂ ਪਿਆਰਿਓ, ਐਸੀ ਬਖਸ਼ਿਸ਼ ਹੋਏਗੀ, ਐਸੀ ਬਖਸ਼ਿਸ਼ ਹੋਏਗੀ ਗੁਰੂ ਦੀ। ਛੋਟੇ ਜਿਹੇ ਬੱਚੇ ਨੂੰ ਪੁੱਛਿਆ ਜਾਏ ਨਾ, ਜਿਸ ਘਰ 'ਚ ਅੰਮ੍ਰਿਤ ਵੇਲਾ ਹੋਏਗਾ, ਛੋਟੇ ਜਿਹੇ ਬੱਚੇ ਨੂੰ ਪੁੱਛਿਆ ਜਾਏ ਨਾ, ਜਿਵੇਂ ਛੋਟੀ ਬੱਚੀ ਹੈ ਨਾ, ਬੱਚੀ ਤੇਰਾ ਨਾਮ ਕੀ ਹੈ, ਬੱਚੀ ਆਪਣਾ ਨਾਮ ਦੱਸੇਗੀ, ਪੁੱਛਿਆ ਜਾਏ ਨਾ, ਬੱਚੀ ਤੇਰੇ ਪਿਤਾ ਦਾ ਨਾਮ ਕੀ ਹੈ, ਬੱਚੀ ਕਹੇਗੀ ਮੇਰੇ ਪਿਤਾ ਦਾ ਨਾਮ ਪੁੱਛਣਾ, ਲੈ ਸੁਣੀ ਫਿਰ ਜਰਾ, ਪਰ ਸੁਣਿਓ ਧਿਆਨ ਨਾਲ, ਮੇਰੇ ਪਿਤਾ ਦਾ ਨਾਮ ਸੁਣ ਕੇ ਨਾ ਚੰਗੇ ਚੰਗਿਆਂ ਨੂੰ ਗਸ਼ ਪੈ ਜਾਂਦੀ ਹੈ ਇੱਕ ਵਾਰੀ, ਲੈ ਸੁਣਿਓ ਮੇਰੇ ਪਿਤਾ ਦਾ ਨਾਮ ਤੇ ਮੇਰੇ ਪਿਤਾ ਦੀਆਂ ਕੀ ਖੂਬੀਆਂ ਨੇ, ਸੁਣੋ ਜਰਾ, ਮੇਰੇ ਪਿਤਾ ਦਾ ਨਾਮ ਹੈ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਤਿ ਮਨਸੂਰ ਗੁਰੂ ਗੋਬਿੰਦ ਸਿੰਘ, ਏਤਿ ਮਨਸੂਰ ਗੁਰੂ ਗੋਬਿੰਦ ਸਿੰਘ, ਏਤਿ ਮਨਸੂਰ ਗੁਰੂ ਗੋਬਿੰਦ ਸਿੰਘ, ਹੱਕ ਦਾ ਕੰਦੂਰ ਗੁਰੂ ਗੋਬਿੰਦ ਸਿੰਘ, ਰੱਖੈ ਦੂਰ ਗੁਰੂ ਗੋਬਿੰਦ ਸਿੰਘ, ਰੱਖੈ ਦੂਰ ਗੁਰੂ ਗੋਬਿੰਦ ਸਿੰਘ, ਹੱਕਾਰਾ ਗੁਰੂ ਗੋਬਿੰਦ ਸਿੰਘ, ਜਹਾਂ ਹੱਕਾ ਗੁਰੂ ਗੋਬਿੰਦ ਸਿੰਘ, ਜਹਾਂ ਹੱਕਾ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਜਹਾਂ ਹੱਕਾ ਗੁਰੂ ਗੋਬਿੰਦ ਸਿੰਘ, ਜਹਾਂ ਹੱਕਾ ਗੁਰੂ ਗੋਬਿੰਦ ਸਿੰਘ।
ਗੁਰੂ ਪਿਆਰਿਓ ਸਮੇਂ ਦੀ ਸਮਾਪਤੀ ਕੁਛ ਵੀਰਾਂ ਵੱਲੋਂ ਹੁਕਮ ਸੀ ਕਿ ਭਾਈ ਅੱਜ ਦੇ ਮਾਹੌਲ ਬਾਰੇ ਜ਼ਰੂਰ ਬੋਲਣਾ, ਜਥੇਦਾਰ ਜੋ ਕਰ ਰਹੇ ਨੇ ਜ਼ਰੂਰ ਬੋਲਣਾ। ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ, ਇਹ ਸਟੇਜਾਂ ਜਿਹੜੀਆਂ ਬਣੀਆਂ ਨੇ ਇਹ ਗੁਰੂ ਦਾ ਜਸ ਕਰਨ ਵਾਸਤੇ ਬਣੀਆਂ ਨੇ। ਜੇ ਕੋਈ ਭੁੱਲਾਂ ਕਰਦਾ ਗੁਰੂ ਪਾਤਸ਼ਾਹ ਨੂੰ ਦੇਖ ਰਹੇ ਨੇ, ਅਤੇ ਉਹੋ ਜਿਹੇ ਦੁਸ਼ਟਾਂ ਦਾ ਨਾਮ ਲੈਣ ਲਈ, ਜਿਹੜੇ ਗੁਰੂ ਦੀ ਨਰਾਦਰੀ ਕਰਦੇ ਨਾ ਉਹੋ ਜਿਹੇ ਦੁਸ਼ਟਾਂ ਦਾ ਨਾਮ ਲੈਣ ਲਈ ਇਹ ਪਵਿੱਤਰ ਸਟੇਜਾਂ ਨੇ ਬਣੀਆਂ। ਇਹ ਪਵਿੱਤਰ ਸਟੇਜਾਂ ਨੇ ਗੁਰੂ ਦਾ ਜਸ ਕਰਨ ਲਈ, ਕਥਾ ਵਿਚਾਰਾਂ ਢਾਡੀ ਵਾਰਾਂ ਸੁਣਦੇ ਲਈ। ਅਤੇ ਗੁਰੂ ਪਿਆਰੇ ਹੋ ਇੱਥੇ ਆ ਕੇ ਨਾ ਗੁਰੂ ਜਸ ਕਰਿਆ ਕਰੀਏ। ਅਤੇ ਵੱਧ ਤੋਂ ਵੱਧ ਫਿਰ ਬੇਨਤੀ ਹੈ, ਵੱਧ ਤੋਂ ਵੱਧ ਪ੍ਰਾਣੀ ਅੰਮ੍ਰਿਤ ਵੇਲਾ ਸੰਭਾਲੋ, ਅਤੇ ਗੁਰੂ ਪਿਆਰਿਓ ਖਾਲਸਾ ਪੰਥ ਓਨਾ ਹੀ ਚੜ੍ਹਦੀ ਕਲਾ ਚੜ੍ਹੇਗਾ। ਤੋ ਅੱਜ ਤੋਂ ਜੋ ਵੀ ਆਪਾਂ ਗੁਰੂ ਤੋਂ ਸਿੱਖਿਆ, ਹਰ ਪ੍ਰਾਣੀ ਜਿੰਨੇ ਵਜੇ ਵੀ ਜਾਗਦਾ ਹੈ ਅੱਧਾ ਘੰਟਾ ਪਹਿਲਾਂ ਜਾ ਕੇ ਕਮ ਸੇ ਕਮ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ। ਅਤੇ ਮੈਂ ਬੇਨਤੀ ਕਰਦੇ ਹਾਂ ਜਪਜੀ ਸਾਹਿਬ ਦਾ ਪਾਠ ਸਾਨੂੰ ਜਦੋਂ ਸ਼ੁੱਧ ਕਰਨਾ ਆ ਗਿਆ, ਇਹਦੇ ਅਰਥ ਸਮਝ ਆ ਗਏ ਗੁਰੂ ਪਿਆਰਿਓ, ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬੜੀ ਸਰਲ ਹੋ ਜਾਏਗੀ। ਇਹ ਸ਼ੁਰੂਆਤ ਬਹੁਤ ਸਰਲ ਹੋ ਜਾਏਗੀ, ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ। ਪਤਾ ਲੱਗ ਜਾਏਗਾ ਵੀ ਸਾਡੇ ਬਾਪੂ ਜੀ ਸਾਨੂੰ ਕਹਿੰਦੇ ਕੀ। ਬਹੁਤ ਸੌਖਾ ਤਰੀਕਾ ਗੁਰੂ ਪਿਆਰਿਓ, ਬਹੁਤ ਸੌਖਾ ਤਰੀਕਾ ਬਾਬਾ ਨਾਨਕ ਦੱਸ ਗਏ ਸਾਨੂੰ। ਜਿੰਨਾ ਸਿੱਖ ਧਰਮ ਸੌਖਾ ਇੰਨਾ ਕੋਈ ਹੋ ਨਹੀਂ ਸਕਦਾ। ਜੇ ਇੰਨਾ ਸਿੱਖ ਸੌਖਾ ਸਿੱਕਾ ਸਾਡੇ ਦਿਮਾਗ 'ਚ ਨਾ ਵੜਿਆ ਤਾਂ ਗੁਰੂ ਪਿਆਰਿਓ ਫਿਰ ਕੁਛ ਨਹੀਂ ਹੋ ਸਕਦਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਹਰ ਧਰਮ ਦਾ ਸਤਿਕਾਰ ਕਰੀਏ, ਹਰ ਪ੍ਰਾਣੀ ਦਾ ਸਤਿਕਾਰ ਕਰੀਏ, ਅਤੇ ਗੁਰੂ ਦੇ ਚਰਨਾਂ ਸੀਸ ਨਵਾ ਕੇ ਹਮੇਸ਼ਾ ਇਹੀ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ। ਇੰਨੀ ਆ ਗਿਆ ਇਹਨਾਂ ਪ੍ਰੋਗਰਾਮ ਚ ਨਾ ਬਖਸ਼ਿਆ ਸਮਾਂ, ਸ਼ਾਇਦ ਇੱਕ ਦੋ ਮਿੰਟ ਤੇ ਲੈ ਗਏ ਹਾਂ, ਖਿਮਾ ਕਰ ਦੇਣੀ। ਆਗਿਆ ਬਖਸ਼ੋ, ਆਪਣੀ ਆਗਿਆ ਫਤਿਹ ਦੇ ਰੂਪ ਦੇ ਵਿੱਚ ਸਾਡੀ ਝੋਲੀ ਪਾਓ। ਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਭਾਈ ਸਤਿੰਦਰਪਾਲ ਸਿੰਘ ਜੀ, ਅਖੰਡ ਕੀਰਤਨੀ ਜਥੇ ਵਾਲੇ ਲੁਧਿਆਣੇ ਵਾਲਿਆਂ ਦਾ, ਜਿਹੜੇ ਹਰ ਸਾਲ ਪ੍ਰਬੰਧਕਾਂ ਦੀ ਬੇਨਤੀ ਨੂੰ ਮੰਨਦੇ ਹੋਏ